ਦ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਲੋਕ ਸਭਾ ਚੋਣਾਂ 'ਚ ਪੰਜਾਬ ਦੇ ਵਿੱਚ ਕਾਂਗਰਸ ਅਤੇ ਅਕਾਲੀ ਦੋਹਾਂ ਪਾਰਟੀਆਂ ਦਾ ਕਈ ਇਲਾਕਿਆਂ ਦੇ ਵਿੱਚ ਵਿਰੋਧ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਦਾ ਵਿਰੋਧ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਜ਼ਿਆਦਾ ਹੋ ਰਿਹਾ ਅਤੇ ਕਾਂਗਰਸ ਦਾ ਹੋ ਰਿਹਾ ਝੂਠੇ ਵਾਅਦੇ ਲਾਰੇ ਲਾਉਣ ਕਰਕੇ। ਅੱਜ ਲੁਧਿਆਣਾ ਦੇ ਵਿੱਚ ਮਹੇਸ਼ ਇੰਦਰ ਸਿੰਘ ਗਰੇਵਾਲ ਲੋਕ ਸਭਾ ਉਮੀਦਵਾਰ ਅਕਾਲੀ ਭਾਜਪਾ ਦਾ ਭਾਰੀ ਵਿਰੋਧ ਹੋਇਆ। ਨੌਜਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਅਕਾਲੀ ਲੀਡਰ ਨੂੰ ਬੁਰੀ ਤਰ੍ਹਾਂ ਘੇਰਿਆ ਹੈ। ਕਿਸ ਤਰ੍ਹਾਂ ਨਾਅਰੇਬਾਜ਼ੀ ਹੋਈ ਹੈ ਤੁਸੀਂ ਖੁਦ ਦੇਖੋ। ਵਿਰੋਧ ਇਕੱਲੇ ਅਕਾਲੀ ਦਲ ਭਾਜਪਾ ਦਾ ਨਹੀਂ ਹੋ ਰਿਹਾ, ਵਿਰੋਧ ਹੋ ਰਿਹਾ ਹੈ ਕਾਂਗਰਸੀ ਉਮੀਦਵਾਰਾਂ ਦਾ, ਵਿਰੋਧ ਹੋ ਰਿਹਾ ਆਮ ਆਦਮੀ ਪਾਰਟੀ ਦਾ, ਉਸ ਹਰ ਲੀਡਰ, ਉਸ ਹਰ ਦਾਅਵੇਦਾਰ ਦਾ, ਉਸ ਹਰ ਉਮੀਦਵਾਰ ਦਾ ਵਿਰੋਧ ਹੋ ਰਿਹਾ ਜਿਹਨੇ ਲੋਕਾਂ ਨੂੰ ਲਾਰੇ ਲਾਏ ਸੀ, ਅਤੇ ਵਿਰੋਧ ਹੋਣਾ ਲਾਜ਼ਮੀ ਵੀ ਹੈ। ਲੋਕ ਸਭਾ ਚੋਣਾਂ ਦੇ ਵਿੱਚ ਕਿਸ ਲੀਡਰ ਨੂੰ, ਕਿਸ ਪਾਰਟੀ ਨੂੰ ਲੋਕ ਜਿਤਾਉਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਪਹਿਲੀ ਸੱਟੇ ਜਿਸ ਤਰ੍ਹਾਂ ਅਕਾਲੀਆਂ ਦਾ ਵਿਰੋਧ ਜਿਸ ਤਰ੍ਹਾਂ ਹੋ ਰਿਹਾ, ਇਹ ਤੋਂ ਕਈ ਅੰਦਾਜ਼ੇ ਲਾਏ ਜਾ ਸਕਦੇ ਨੇ ਕਿ ਪੰਜਾਬ ਦੇ ਲੋਕ ਅਕਾਲੀ ਦਲ ਭਾਜਪਾ ਨੂੰ ਪੰਥਕ ਪਾਰਟੀ ਨਹੀਂ ਸਮਝਦੇ, ਅਤੇ ਨਾਲ ਹੀ ਕਾਂਗਰਸ ਦੇ ਲਾਰਿਆਂ ਤੋਂ ਵੀ ਲੋਕ ਜਾਣੂ ਹੋ ਚੁੱਕੇ ਨੇ, ਅਤੇ ਨਾਲ ਹੀ ਆਮ ਆਦਮੀ ਪਾਰਟੀ ਜਿਹੜੀ ਪੰਜਾਬੀਆਂ ਦੀ ਆਵਾਜ਼ ਕਹੀ ਜਾਣ ਦਾ ਦਾਅਵਾ ਕਰਦੀ ਸੀ, ਉਹ ਵੀ ਪੰਜਾਬੀਆਂ ਦੇ ਨਾਲ ਕਿਤੇ ਨਾ ਕਿਤੇ ਗਦਾਰੀ ਕਰਦੀ ਸਾਹਮਣੇ ਆ ਰਹੀ ਹੈ। ਪੰਜਾਬੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਆਪਣਾ ਪਿਆਰ ਨਾ ਦੇਣ ਦਾ ਹੀ ਨਿਸ਼ਚਾ ਕੀਤਾ ਹੋਇਆ ਹੈ, ਕਿਉਂਕਿ ਇਸ ਵਾਰ ਸੁਖਪਾਲ ਸਿੰਘ ਖਹਿਰਾ ਤੁਹਾਡਾ ਆਪ ਦੇ ਮੁਕਾਬਲੇ ਮਜ਼ਬੂਤ ਦਿਸਦਾ ਨਜ਼ਰ ਆ ਰਿਹਾ ਹੈ। ਦਖਾਲਸਟ ਵੀ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ।